ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਕਹਾਣੀ ਰਾਧਾ ਮੂੰਹ ਹਨੇ ਰੇਕ ਬੜੀ ਮੁਟਿਆਰ ਇਸਤਰੀ ਆਪਣੇ ਧਿਆਨ ਬਜ਼ਾਰਾਂ ਚੋਂ ਲੰਘਦੀ ਬੰਬਈ ਸ਼ਹਿਰ ਦੀ ਸਬਜ਼ੀ ਮੰਡੀ ਚ ਪਹੁੰਚੀ ਮੰਡੀ ਚ ਬੜੀ ਭੀੜ ਭਾਰ ਸੀ ਬੋਲੀਆਂ ਪੈ ਰਹੀਆਂ ਸੀ ਸੌਦੇ ਮੁੱਕ ਰਹੇ ਢੇਰੀਆਂ ਚੁੱਕੀਆਂ ਜਾ ਰਹੀਆਂ ਸੀ ਹਰੇਕ ਢੇਰੀ ਦੇ ਕੋਲ ਕਈ ਛਾਬੇ ਵਾਲੇ ਖੜੋਤੇ ਹੁੰਦੇ ਜਦੋਂ ਬੋਲੀ ਮੁੱਕਦੀ ਇਹ ਛੋਟੇ ਖਰੀਦਦਾਰ ਉਸ ਢੇਰੀ ਵਾਲੇ ਕੋਲੋਂ ਆਪਣੀ ਲੋੜ ਦਾ ਸੌਦਾ ਛਾਬਿਆਂ ਚ ਪੁਆਕੇ ਵਿੱਚ ਅੰਚਲੇ ਜਾਂਦੀ। ਇੱਕ ਬੁੱਢੀ ਮਾਈ ਨੇ ਘਟੀਰੀ ਵਾਲੇ ਕੋਲੋਂ ਆਪਣੀ ਟੋਕਰੀ ਪਰਵਾਈ ਸੀ ਕਿ ਉਹ ਨੇ ਆਪਣੇ ਨੇੜੇ ਆਖੜੋਤੀ ਮੁਟਿਆਰ ਨੂੰ ਵੇਖਿਆ। ਸੋਹਣੇ ਭੋਲੇ ਨਕਸ਼ ਤੇ ਜੁੱਸਾ ਸਡੋਲ। ਕੋਈ ਠੇਰੀ ਖਰੀਦੇਗੀ ਮਾਈ ਨੇ ਪੁੱਛਿਆ। ਜੇ ਮਾਂ ਤੂੰ ਮੈਨੂੰ ਇਸ ਰਾਹ ਪਾ ਦੇਂ ਮੈਂ ਅੱਗੇ ਕੰਮ ਕੀਤਾ ਨਹੀਂ। 5-10 ਰੁਪਿਆ ਦੀ ਮੂੜੀ ਚਾਹੀਦੀ ਹੋएगी। ਇਸ ਤੋਂ ਵੱਧ ਮੇਰੇ ਕੋਲ ਹੈ। ਮਾਈ ਨੂੰ ਇਹ ਮੁਟਿਆਰ ਚੰਗੀ ਲੱਗੀ ਸੀ। ਉਨੇ ਪੁੱਛੇ ਜੀ ਉਹ ਇਕੱਠੀਆਂ ਹੀ ਕੰਮ ਕਰ ਲੈਣ। ਬੁੱਢੀ ਹੋਣ ਕਰਕੇ ਉਹ ਥੋੜਾ ਮਾਲ ਚੁੱਕ ਸਕਦੀ ਸੀ ਤੇ ਜੇ ਉਹ ਮੁਟਿਆਰ ਚੰਗਾ ਤਕੜਾ ਟੋਕਰਾ ਚੁੱਕ ਲਵੇ ਤਾਂ ਮਾਈ ਕਈ ਨਵੇਂ ਘਰ ਗਾਹਕ ਬਣਾ ਸਕਦੀ ਸੀ। ਉਹਦਾ ਰਸੂਖ ਚੰਗਾ ਸੀ। 4 ਰੁਪਿਆ ਦੀ ਢੇਰੀ ਉਹਨਾਂ ਹੋਰ ਇੱਕ ਵੱਡੇ ਟੋਕਰੇ 'ਚ ਪਵਾ ਲਈ। ਮਾਈ ਨੇ ਜਦੋਂ ਟੋਕਰਾ ਚੁਕਾਇਆ ਤਾਂ ਉਹਨੂੰ ਚੋਖਾ ਭਾਰਾ ਲੱਗਾ। ਪਰ ਉਸ ਮੁਟਿਆਰ ਨੂੰ ਬੜਾ ਸੁਖ ਆਇਆ। ਸਿੱਧੀ ਧੌਣ ਰਵਾਂ ਰਵੀ ਤੁਰੀ ਜਾਂਦੀ ਦੀਆਂ ਅੱਖਾਂ ਕੰਨੀਆਂ ਜਾਂਪਦੀਆਂ ਸਨ। ਕੰਮਾਂ ਦੀ ਦੁਨੀਆ ਨੀ ਕੰਮੀ ਦੁਨੀਆ ਨਾਲੋਂ ਕਿੱਡੀ ਹੋਰ ਤਰਾਂ ਦੀ ਐ ਜਿਸ ਰਾਹੋਂ ਲੰਘਦੀਆਂ ਦੁਕਾਨਦਾਰ ਮੁਟਿਆਰ ਦੇ ਮੂੰਹਾਂ 'ਲ ਟਿਕ ਟਿਕੇ ਬਨ ਲੈਂਦੇ ਕਦਮ ਕਦਮ ਉੱਤੇ ਟੋਕਰੇ ਲੋਹਾ ਲੈਂਦੇ ਹੱਥੋ ਹੱਥੀ ਟੋਕਰੇ ਅੱਦੇ ਹੋ ਗਏ ਪਰ ਮਾਈ ਨੇ ਆਪਣੇ ਲੱਗੇ ਘਰੀ ਜ਼ਰੂਰ ਜਾਣਾ ਸੀ ਵਾਜਾਂ ਮਾਰਦਿਆਂ ਕੋਲੋਂ ਤੁਰੀਆਂ ਗਈਆਂ ਤੇ ਇੱਕ ਮੱਲੇ 'ਚ ਜਾ ਪਹੁੰਚੀਆਂ ਸਾਰੇ ਘਰ ਪੁੱਗ ਤਾ ਕੇ ਮਾਈ ਨੇ ਹਿਸਾਬ ਕੀਤਾ ਸਵਾ ਤਿੰਨ ਰੁਪਏ ਉਹਨੂੰ ਬਚ ਗਏ ਪਰਤੀਏ ਕੱਲ੍ਹ ਅਸੀਂ ਇਸ ਰਸਤੇ ਨਹੀਂ ਆਉਣਾ ਇਹ ਵਿਕਰੀ ਸਬਜ਼ੀ ਦੀ ਲੋੜ ਕਰਕੇ ਨਹੀਂ ਹੋਈ ਤੇਰੀ ਜਵਾਨੀ ਕਰਕੇ ਹੋਈ ਐ ਤੇ ਕੁਝ ਪਤਾ ਨਹੀਂ ਇਸ ਦੁਨੀਆ ਦਾ ਕੱਲ ਕੋਈ ਆਫਤ ਹੀ ਆਖੜੋਗੇ ਮਾਈ ਨੇ ਮੁਟਿਆਰ ਨੂੰ ਆਪਣੇ ਕੋਲ ਹੀ ਰੱਖ ਲਿਆ ਭੈੜੀ ਜੀ ਚਾਲਸੀ 40 50 ਟਬਰਾਂ ਲਈ ਨਲਕਾ ਸੀ ਘੰਟਾ ਘੰਟਾ ਪਾਣੀ ਤੇ ਲੜਾਈ ਹੁੰਦੀ ਰਹਿੰਦੀ ਬੜਾ ਚਿੱਕੜ ਬੜਾ ਕਚਰਾ ਥਾਂ ਥਾਂ ਲੱਗੀਆਂ ਕਾਲੀਆਂ ਛੱਪੜੀਆਂ ਚੁਰਬਲ-ਕੁਰਬਲ ਕਰਦੇ ਕੀੜੇ ਉਸੇ ਤਰ੍ਹਾਂ ਹੀ ਉੱਥੋਂ ਦੀ ਮਨੁੱਖਾਂ ਦੀ ਜ਼ਿੰਦਗੀ ਸੀ ਮੁਟਿਆਰ ਨੇ ਮਾਈ ਨੂੰ ਆਪਣਾ ਨਾਂ ਰਾਧਾ ਦੱਸਿਆ ਉਹ ਜਵਾਨ ਵਿਧਵਾ ਦੀ ਜ਼ਿੰਦਗੀ ਤੋਂ ਤੰਗ ਆ ਕੇ ਘਰੋਂ ਨਿਕਲੀ ਸੀ ਉਹਦੇ ਕੋਲ 20 ਰੁਪਏ ਸਨ ਜਿਹੜੇ ਉਸ ਮਾਈ ਨੂੰ ਦੇ ਦਿੱਤੇ ਮਾਈ ਨੇ ਦੋ ਧੋਤੀਆਂ ਤੇ ਇੱਕ ਵਿਛਾਣਾ ਉਹਦੇ ਲਈ ਤੇ ਇੱਕ ਦੋ ਭਾਂਡੇ ਹੋਰ ਖਰੀਦ ਲਿਆਂਦੇ ਦੱਸਿਆ ਇਹ ਕਿ ਰਾਧਾ ਮਾਈ ਦੀ ਵਿਧਵਾ ਹੀ ਸੀ 2 2.5 ਰੁਪਏ ਰੋਜ਼ਾਨਾ ਉਹਨਾਂ ਨੂੰ ਬਚ ਜਾਂਦੇ ਉਹਨਾਂ ਦੇ ਰਹਿਣ ਦੀ ਥਾਂ ਪੁੱਜ ਕੇ ਪਹਿੜੀ ਸੀ ਪਰ ਫਿਰ ਵੀ ਰਾਧਾ ਦਾ ਦਿਲ ਉੱਥੇ ਲੱਗ ਗਿਆ ਜਿਹੜੀ ਘਰੀਓਂ ਜਾਂਦੀਆਂ ਸੀ ਉਹਨਾਂ 'ਚ ਮਾਈ ਦਾ ਆਦਰ ਸੀ ਤੇ ਉਹਦੀ ਜਵਾਨ ਵਿਧਵਾ ਧੀ ਸ਼ਕਲੋਂ ਹੀ ਸਭ ਨੂੰ ਚੰਗੀ ਲੱਗੀ 6 ਮਹੀਨੇ ਦੀ ਮਿਹਨਤ ਨਾਲ ਉਹ ਚੰਗੀਆਂ ਸੌਖੀਆਂ ਹੋ ਗਈਆਂ ਇੱਕ ਚੰਗੇਰੇ ਇਲਾਕੇ ਦੀ ਚੰਗੇਰੀ ਚੌਲ ਵਿੱਚ ਉਹ ਜਾ ਰਹੀਆਂ ਇੱਥੇ ਨਾ ਗੰਦ ਸੀ ਨਾ ਲੜਾਈ ਦੰਗਾ ਰਾਧਾ ਦੀ ਆਤਮਾ ਨੂੰ ਬੜਾ ਚੈਨ ਆਇਆ ਜਿਹੋ ਜਿਹਾ ਚੈਨ ਉਹਨੇ ਅੱਗੇ ਕਦੇ ਮਹਿਸੂਸ ਨਹੀਂ ਸੀ ਕੀਤਾ ਇਸ ਚੈਨ ਦੇ ਅਸਰ ਹੇਠ ਰਾਧਾ ਦੇ ਸੋਹਣੇ ਨਕਸ਼ ਖੁਸ਼ੀ ਦਾ ਚਲਕਾਰਾ ਦੇਣ ਲੱਗ ਪਏ ਮਾਈ ਕਦੇ-ਕਦੇ ਉਹਦੇ ਮੂੰਹ ਹਲ ਵੇਖਦੀ ਰਹਿੰਦੀ ਤੇ ਫਿਰ ਕੁਝ ਫਿਕਰਮੰਦ ਹੋ ਜਾਂਦੀ ਰਾਧਾ ਤੇਰੇ ਜੋਬਨਾ ਨੇ ਕਿਸੇ ਦਿਨ ਸਾਨੂੰ ਲੈ ਡੁੱਬਣਾ ਮੈਨੂੰ ਡਰੇ ਮਾਈ ਨੇ ਇੱਕ ਦਿਨ ਰਾਧਾ ਨੂੰ ਆਖਿਆ ਮਾਂ ਇਹ ਸਾਰੀ ਤੇਰੇ ਹਮਦਰਦ ਸਾਥ ਦੀ ਕਰਾਮਾਤ ਹੈ ਪਰ ਮੈਂ ਤੈਨੂੰ ਯਕੀਨ ਦੁਆਨੀ ਆ ਕਿ ਤੇਰੇ ਆਖੇ ਬਾਝੋਂ ਮੈਂ ਕਿਸੇ ਪਾਸੇ ੱਟਕਣਾ ਨਹੀਂ ਉਸ ਰਾਤ ਜਦੋਂ ਮਾਈ ਸੌਂ ਗਈ ਤੇ ਰਾਧਾ ਨੇ ਆਪਣੀ ਪੋਟਲੀ ਚੋਂ ਇੱਕ ਨੋਟਬੁੱਕ ਤੇ ਪੈਨਸਲ ਕੱਢੀ ਤੇ ਪਹਿਲੇ ਵਰਕੇ ਤੇ ਤਰੀਕ ਪਾ ਕੇ ਲਿਖਿਆ ਕਦੇ ਆਪਣਾ ਮੂੰਹ ਮੈਂ ਤੁਹਾਨੂੰ ਵਿਖਾ ਸਕਦੀ ਜਿਸ ਦੁਨੀਆ ਚ ਤੁਸੀਂ ਮੈਨੂੰ ਮਿਲੇ ਸੋ ਉਹਨਾਂ ਮੇਰੀ ਸੀਨਾ ਤੁਹਾਡੀ ਮੈਂ ਬੰਦੀ ਸਾਂ ਤੁਸੀਂ ਬੰਦੀ ਛੋਟ ਸੋ ਕਦੇ ਕੰਮਾਂ ਦੀ ਦੁਨੀਆ 'ਚ ਆਜ਼ਾਦ ਮਰਦ ਨੂੰ ਮਿਲੇ ਕੋਈ ਸਵਰਗ ਮੇਰੇ ਅੰਦਰ ਟੜਪ ਰਿਹਾ ਹੈ ਮਾਈ ਦਾ ਸਾਥ ਬੜੇ ਚੰਗੇ ਚੰਗੇ ਘਰਾਂ ਨਾਲ ਸੀ ਕਈ ਚਿਰਾਂ ਤੋਂ ਸਬਜ਼ੀ ਵੇਚਣ ਦਾ ਹੀ ਕੰਮ ਕਰ ਰਹੀ ਸੀ ਇਹਦੇ ਵੱਡੇ ਗਾਘਾਂ ਵਿੱਚ ਇੱਕ ਘਰ ਸਾਗਰ ਚਿੱਤਰਕਾਰ ਦਾ ਸੀ ਇਸ ਘਰ ਦੀ ਮਰਿਆਦਾ ਏਡੀ ਚੰਗੀ ਸੀ ਕਿ ਕੋਈ ਆਦਰ ਦੀ ਨਗਰੀ ਦਿੱਸਦਾ ਸੀ ਹੌਲਾ ਬੋਲ ਲਿਹਾਜ਼ ਭਰਿਆ ਬੋਲ ਰੰਗਲਾ ਬੋਲ ਚਮਕੀਲਾ ਬੋਲ ਬੇ ਸ਼ਿਕਾਇਤ ਬੋਲ ਤੇ ਵਤੀਰੇ ਦੀ ਕੋਈ ਵੀ ਗੱਲ ਕਰੇ ਖਿਆਲ ਹਮੇਸ਼ਾ ਦੂਜੀ ਤਰ ਦਾ ਸਾਗਰ ਸਾਹਿਬ ਦੀ ਪਤਨੀ ਬੜੀ ਪਿਆਰੀ ਇਸਤਰੀ ਸੀ ਉਹਨੂੰ ਰਾਧਾ ਦਾ ਮਿੱਠਾ ਤੇ ਨਿਰਮਾਣ ਵਤੀਰਾ ਬੜਾ ਚੰਗਾ ਲੱਗਾ ਉਹਨੇ ਫਲ ਆਦਬੀ ਰਾਧਾ ਕੋਲੋਂ ਮੰਗਵਾਉਣੇ ਸ਼ੁਰੂ ਕਰ ਦਿੱਤੇ ਹੋਰ ਨਿੱਕੀ ਮੋਟੀ ਚੀਜ਼ ਵਸਤ ਵੀ ਉਹਨਾਂ ਮਾਮਾਂ ਧੀਆਂ ਨੂੰ ਆਖ ਦਿੰਦੀ ਉਹਨਾਂ ਦੀ ਆਮਦਨ ਖਾਸੀ ਵਧ ਗਈ ਉਹ ਸੌਖੀਆਂ ਰਹਿਣ ਲੱਗ ਪਈਆਂ ਮਾਈ ਹੁਣ ਟੋਕਰਾ ਸਿਰ ਤੇ ਨਹੀਂ ਸੀ ਚੁੱਕਦੀ ਰਾਧਾ ਹੀ ਚੋਖਾ ਮਾਲ ਚੁੱਕ ਲਿਆਉਂਦੀ ਸੀ ਮਾਈ ਦੀ ਸੇਤ ਆਰਾਮ ਤੇ ਸੁੱਖ ਨਾਲ ਬੜੀ ਚੰਗੀ ਹੋ ਗਈ ਭਾਵੇਂ ਖੱਟੀ ਬਹੁਤ ਇਰਾਦਾ ਕਰਕੇ ਹੀ ਸੀ ਪਰ ਆਦਾ ਇੱਕ ਵੀ ਪੈਸਾ ਆਪਣੇ ਹੱਥੀਂ ਖਰਚ ਨਹੀਂ ਸੀ ਕਰਦੀ ਸਿਰਫ ਹਰ ਮਹੀਨੇ ਦੀ ਪਹਿਲੀ ਤਰੀਕ 4 ਰੁਪਏ ਮਾਈ ਕੋਲੋਂ ਮੰਗ ਲੈਂਦੀ ਤੇ ਕਿਤੇ ਦੇ ਆਉਂਦੀ ਮਾਂ ਨੂੰ ਘੋਕ ਕੇ ਕਦੇ ਨਾ ਪੁੱਛਦੀ ਕਿਉਂਕਿ ਇਹਦੇ ਸਿਵਾ ਉਹ ਆਪਣੇ ਉੱਤੇ ਕੋਈ ਖਰਚ ਸਿੱਧਾ ਨਹੀਂ ਸੀ ਕਰਦੀ ਜੋ ਮਾਂ ਲਿਆ ਦਿੰਦੀ ਉਹੀ ਵਰਤ ਲੈਂਦੀ ਤੇ ਮਾਂ ਵੀ ਉਹਦੀ ਹਰ ਲੋੜ ਦਾ ਖਿਆਲ ਰੱਖਦੀ ਸੀ ਸાગਰ ਸਾਹਿਬ ਦੀ ਪਤਨੀ ਨੇ ਉਹਨੂੰ ਪੜ੍ਹਨੇ ਲਾ ਦਿੱਤਾ ਉਰਦੂ ਪੜਨਾ ਉਹਨੂੰ ਅੱਗੇ ਆਉਂਦਾ ਸੀ ਪਰ ਉਹ ਕਿਸੇ ਨੂੰ ਦੱਸਦੀ ਨਹੀਂ ਸੀ ਹੁੰਦੀ ਸਾਗਰ ਪਤਨੀ ਨੇ ਉਹਨੂੰ ਹਿੰਦੀ ਤੇ ਅੰਗਰੇਜ਼ੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਦੁਪਹਿਰ ਤੋਂ ਬਾਅਦ ਰਾਧਾ ਕੋਲ ਵਕਤ ਕਾਫੀ ਹੁੰਦਾ ਸੀ ਜਿਹੜੇ ਸਬਕ ਉਹ ਸਵੇਰੇ ਲੈ ਆਉਂਦੀ ਉਹਨਾਂ ਨੂੰ ਚੰਗਾ ਪਕਾ ਲੈਂਦੀ ਜਿਸ ਕਰਕੇ ਉਹਦੀ ਪੜ੍ਹਾਈ ਦੀ ਰਫ਼ਤਾਰ ਉੱਤੇ ਸਾਗਰ ਪਤਨੀ ਐਡੀ ਖੁਸ਼ ਹੋਈ ਕਿ ਉਹਨੇ ਆਪਣੇ ਪਤੀ ਨੂੰ ਉਹਦਾ ਹਾਲ ਦੱਸਿਆ ਉਹਨਾਂ ਇੱਕ ਦਿਨ ਰਾਧਾ ਦਾ ਇਮਤਿਹਾਨ ਲਿਆ ਬੜੀ ਤਾਰੀਫ ਕੀਤੀ। ਹੁਣ ਉਹ ਜਦੋਂ ਕਦੇ ਨਵੀਂ ਤਸਵੀਰ ਬਣਾਉਂਦੇ ਆਪਣੀ ਪਤਨੀ ਦੇ ਨਾਲ ਰਾਧਾ ਨੂੰ ਵੀ ਵੇਖਣ ਲਈ ਬੁਲਾ ਲੈਂਦੇ। 4 ਬਰੇ ਇਸ ਤਰ੍ਹਾਂ ਬੀਤ ਗਏ। ਹਰ ਮਹੀਨੇ 4 ਰੁਪਏ ਕਿਸੇ ਨੂੰ ਦੇ ਆਉਂਦੀ। 200 ਰੁਪਏ ਇਸ ਤਰ੍ਹਾਂ ਦਿੱਤਾ ਗਿਆ। ਸਾਗਰ ਸਾਹਿਬ ਦੀ ਪਤਨੀ ਨੂੰ ਕਈ ਲੰਮੇ ਵਰਿਆਂ ਦੀ ਉਮੀਦ ਬਾਦ ਗਰਭ ਹੋਇਆ। ਬੜੀਆਂ ਖੁਸ਼ੀਆਂ ਮਨਾਇਆਂ ਗਈਆਂ। ਪਤੀ-ਪਤਨੀ ਦੋਵੇਂ ਮਾਈ ਦੇ ਤੇ ਉਹਦੀ ਧੀ ਰਾਧਾ ਨੂੰ ਪਸੰਦ ਕਰਦੇ ਸੀ। ਇੱਥੋਂ ਤੱਕ ਕਿ ਉਹਨਾਂ ਚ ਇੱਕ ਸਾਂਝਦਾਰੀ ਜੀ ਬਣ ਗਈ ਸੀ। ਉਹ ਲੋਕ ਉਹਨਾਂ ਨੇ ਦੋਹਾਂ ਨੂੰ ਆਪਣੇ ਘਰ ਬੁਲਾ ਲਿਆ ਘਰ ਸਾਗਰ ਸਾਹਿਬ ਦਾ ਚੋਖਾ ਵੱਡਾ ਸੀ ਨੌਕਰ ਤਾਂ ਅੱਗੇ ਨਹੀਂ ਸਮਝੀਆਂ ਜਾਂਦੀਆਂ ਹੁਣ ਉਹਨਾਂ ਦਾ ਦਰਜਾ ਮਿੱਤਰਾਂ ਵਰਗਾ ਹੋ ਗਿਆ ਕਈ ਮਹੀਨੇ ਇਸ ਮਨੁੱਖੀ ਘਰ ਚ ਉਹਨਾਂ ਨੂੰ ਮਨੁੱਖਤਾ ਦਾ ਸਵਾਦ ਆਇਆ ਪਰ ਜ਼ਿੰਦਗੀ ਦੇ ਇਸ ਸਵਰਗ ਉੱਤੇ ਮੌਤ ਦੀ ਬਿਜਲੀ ਆਕੜ ਗਈ ਸਾਗਰ ਸਾਹਿਬ ਦੀ ਪਤਨੀ ਇੱਕ ਬੱਚੇ ਨੂੰ ਜਨਮ ਦੇ ਕੇ ਮਰ ਗਈ ਸਾਗਰ ਸਾਹਿਬ ਨੂੰ ਬੜਾ ਸਦਮਾ ਪਹੁੰਚਿਆ ਪਰ ਉਹ ਬੱਚੀ ਵੱਲੋਂ ਨਿਸ਼ਚਿੰਤ ਸਨ ਰਾਧਾ ਉਹਦੇ ਉੱਤੇ ਬੜੀ ਮਿਹਨਤ ਕਰਦੀ ਸੀ ਇਸ ਮਿਹਨਤ ਨੇ ਰਾਧਾ ਨੂੰ ਬੱਚੀ ਨਾਲ ਮਾਂ ਵਾਂਗ ਜੋੜ ਦਿੱਤਾ ਬੱਚੀ ਨੂੰ ਵੱਡੀ ਹੁੰਦੀ ਵੇਖ ਕੇ ਸਾਗਰ ਸਾਹਿਬ ਆਪਣੇ ਸਦਮੇ ਤੇ ਕਾਬੂ ਪਾਉਂਚ ਕਾਮਯਾਬ ਹੁੰਦੇ ਜਾ ਰਹੇ ਸਨ ਮੌਤ ਦੇ ਸਾਲ ਭਰ ਬਾਅਦ ਤੱਕ ਉਹਨਾਂ ਕੋਈ ਚਿੱਤਰ ਨਹੀਂ ਬਣਾਇਆ ਇੱਕ ਦਿਨ ਉਹਨਾਂ ਆਪਣਾ ਚਿੱਤਰ ਕਮਰਾ ਮੁੜ ਠੀਕ ਕਰਨ ਲਈ ਰਾਧਾ ਦੀ ਮਦਦ ਮੰਗੀ ਸਾਰੇ ਬੜੇ ਖੁਸ਼ ਹੋਏ ਉਹਨਾਂ ਦੀ ਉਦਾਸੀ ਸਾਰੇ ਘਰ ਤੇ ਬੱਦਲ ਵਾਂਗ ਛਾਈ ਰਹਿੰਦੀ ਸੀ ਉਹਨੋ ਰੋਜ਼ ਆਪਣੀ ਨਵੀਂ ਤਸਵੀਰ ਉੱਤੇ ਕੰਮ ਕਰਦੇ। ਉਹਨਾਂ ਦਾ ਹੁਕਮ ਬੜਾ ਸਖਤ ਸੀ ਕਿ ਉਹਨਾਂ ਦੀ ਬਣਦੀ ਤਸਵੀਰ ਨੂੰ ਕੋਈ ਨਾ ਵੇਖੇ। ਇੱਕ ਡੁੰਗੇ ਕੇਸ ਵਿੱਚ ਆਪਣਾ ਕੰਮ ਖੜਾ-ਖੜੋਤਾ ਬੰਦ ਕਰ ਜਾਂਦੇ ਸਨ। 6 ਮਹੀਨੇ ਉਹ ਨਵੀਂ ਤਸਵੀਰ ਤੇ ਲੱਗੇ ਰਹੇ। ਉਹ ਮੁਕੰਮਲ ਹੁੰਦੀ ਜਾ ਰਹੀ ਸੀ ਤੇ ਸਾਗਰ ਸਾਹਿਬ ਦਾ ਪੁਰਾਣਾ ਖੇੜਾ ਮੁੜਦਾ ਆ ਰਿਹਾ ਸੀ। ਇੱਕ ਦਿਨ ਉਹਨਾਂ ਰਾਧਾ ਨੂੰ ਆਪਣੇ ਚਿੱਤਰ ਕਮਰੇ 'ਚ ਬੁਲਾਇਆ ਕਹਿਣ ਲੱਗੇ। ਰਾਧਾ, ਮੇਰੀ ਪੂਰੀ ਹੋਈ ਤਸਵੀਰ ਨੂੰ ਪਹਿਲਾਂ ਕੌਣ ਵੇਖੇਗਾ? ਤੂੰ ਦਾ ਸਕੇ ਨੂੰ ਤੂੰ ਬਹੁਤਾ ਇਸ ਯੋਗ ਸਮਝਦੀ ਹੈ ਆਪ ਦੇ ਹਲਕੇ ਚ ਮੈਂ ਕੀ ਚੀਜ਼ ਆ ਕਿ ਯੋਗ ਅਯੋਗ ਦਾ ਫੈਸਲਾ ਦੇ ਸਕਾਂ ਰਾਧਾ ਉਹਨਾਂ ਦੀ ਪ੍ਰਸ਼ੰਸਾ ਭਰੀਆਂ ਅੱਖਾਂ ਕੋਲੋਂ ਲੁਕਾ ਨਾ ਸકી ਕਿ ਉਹਨਾਂ ਦੇ ਇੰਨੇ ਪੁੱਛਣ ਨਾਲ ਉਹ ਕਿੱਡੀ ਵਡਿਆਈ ਗਈ ਮਹਿਸੂਸ ਕਰ ਰਹੀ ਸੀ ਜੇ ਰਾਧਾ ਤੂੰ ਨਹੀਂ ਦੱਸੇਂਗੀ ਤਾਂ ਮੈਨੂੰ ਆਪ ਹੀ ਫੈਸਲਾ ਕਰਨਾ ਪਵੇਗਾ ਹੋਰ ਕਰ ਵੀ ਕੌਣ ਸਕਦਾ ਹੈ ਰਾਧਾ ਨੇ ਕੁਝ ਸੁਖਾਲੀ ਹੋ ਕੇ ਆਖਿਆ ਤੇ ਫਿਰ ਮੈਂ ਕਰ ਲਿਆ ਇਰਾਦਾ ਤੇ ਉਹਨਾਂ ਕੇਸ ਦਾ ਪਰਦਾ ਰਾਧਾ ਦੇ ਸਾਹਮਣੇ ਖੋਲ ਦਿੱਤਾ ਤਸਵੀਰ ਵੇਖ ਕੇ ਰਾਧਾ ਨੂੰ ਇੱਕ ਪਲ ਕੰਬਣੀ ਜਿਹੀ ਆਈ ਮਨੁੱਖੀ ਜਜ਼ਬਿਆਂ ਦਾ ਚਿੱਤਰਕਾਰ ਰਾਧਾ ਦੇ ਮੂੰਹ ਤੇ ਹਰ ਉਗੜਦੀ ਮਿੱਟੀ ਦੀ ਲਕੀਰ ਨੂੰ ਜਾਂਚ ਰਿਹਾ ਸੀ ਤਸਵੀਰ ਦੇ ਹੇਠਾਂ ਲਿਖਿਆ ਸੀ ਆਖਰੀ ਸੌਂਪਣਾ ਉਹਨਾਂ ਦੀ ਸਵਰਗੀ ਪਤਨੀ ਦਾ ਅਖੀਰਲਾ ਸਮਾਂ ਤੇ ਮੌਤ ਦੇ ਬਿਸਤਰੇ ਤੋਂ ਆਪਣੀ ਨਵੀਂ ਜੰਮੀ ਉਹ ਰਾਧਾ ਦੇ ਹੱਥ ਫੜਾ ਰਹੀ ਸੀ ਇਸੇ ਬਾਅਦ ਦੀ ਹਰ ਘਟਨਾ ਰਾਧਾ ਨੂੰ ਚਿੱਤਰਕਾਰ ਦੇ ਨੇੜੇ ਧੂਈ ਖੜਦੀ ਤੇ ਆਖਰ ਇੱਕ ਦਿਨ ਉਹਨਾਂ ਨੇ ਰਾਧਾ ਨੂੰ ਮੰਗ ਲਿਆ ਰਾਧਾ ਨੇ ਆਖਿਆ ਕਿ ਉਹ ਦੂਜੇ ਦਿਨ ਉਹਨਾਂ ਨੂੰ ਉਤਰ ਦੇਗੀ ਰਾਤੀ ਉਹਨੇ ਆਪਣੀ ਨੋਟਬੁੱਕ ਵਿੱਚ ਇਹ ਸਤਰਾਂ ਲਿਖੀਆਂ ਤੁਸਾਂ ਮੈਨੂੰ ਜ਼ਿੰਦਗੀ ਦੀ ਬਦ ਰੌਂ ਵਿੱਚੋਂ ਆਪਣੇ ਉੱਤੇ ਛਿੱਟੇ ਪਵਾ ਕੇ ਕੱਢਿਆ ਗੰਦੇ ਕੱਪੜੇ ਮੇਰੇ ਲੋਹਾ ਕੇ ਸੁਥਰੇ ਮੈਨੂੰ ਪਵਾਏ ਨਰੋਈ ਜ਼ਿੰਦਗੀ ਦੀ ਛੋਹ ਦਿੱਤੀ ਨਵੀਆਂ ਉਮੀਦਾਂ ਦਾ ਚਾਨਣ ਦਿੱਤਾ ਪਰ ਉਹ ਪਿਆਰੇ ਤੁਸੀਂ ਮੇਰੇ ਕੋਲੋਂ ਮੰਗਿਆ ਕੁਝ ਵੀ ਨਾ ਅੱਜ ਸਾਗਰ ਚਿੱਤਰਕਾਰ ਮੈਨੂੰ ਸਾਰੀ ਨੂੰ ਮੰਗ ਰਿਹਾ ਹੈ ਆਪਣੇ ਲਈ ਆਪਣੀ ਮੋਈ ਪਤਨੀ ਦੀ ਬੱਚੀ ਲਈ ਆ ਮੰਗੇ ਜਾਣਾ ਵੀ ਬੇਮਿਸਾਲ ਸਵਰਗ ਹੈ ਦੂਜੇ ਦਿਨ ਰਾਧਾ ਨੇ ਸਾਗਰ ਸਾਹਿਬ ਨੂੰ ਦੱਸ ਦਿੱਤਾ ਕਿ ਉਹ ਵਿਧਵਾ ਰਾਧਾ ਨਹੀਂ ਉਹ ਬਾਜ਼ਾਰ ਦੀ ਵੇਸਵਾ ਸੀ ਇੱਕ ਬੜਾ ਨੇਕ ਮਰਦ ਉਹਦੇ ਕੋਲ ਆਇਆ ਉਹਨੂੰ ਜ਼ਿੰਦਗੀ ਦਾ ਰਾਹ ਦੱਸ ਗਿਆ ਉਹ ਵੇਸਵਾ ਦੀ ਦੁਨੀਆ ਛੱਡ ਕੇ ਪਿਛਲੇ 6 ਸਾਲਾਂ ਤੋਂ ਉਸ ਨੇਕ ਮਰਦ ਦੀ ਸ਼ੁਕਰਗੁਜ਼ਾਰੀ ਚ ਅਛੋਈ ਜੀਵਨ ਜਿਉ ਰਹੀ ਸੀ ਰਾਦਾ ਨੇ ਸਾਗਰ ਸਾਹਿਬ ਦੀ ਮੰਗ ਦਿਲੋਂ ਪ੍ਰਵਾਨ ਕਰ ਲਈ ਸੀ ਪਰ ਉਹਨਾਂ ਨੂੰ ਸਾਰੀ ਅਸਲੀਅਤ ਦੱਸ ਕੇ ਆਪਣਾ ਮਨ ਹੌਲਾ ਕਰ ਲੈਣਾ ਚਾਹੁੰਦੀ ਸੀ ਪਰ ਉਹਦੀ ਕਹਾਣੀ ਸੁਣ ਕੇ ਜਾਪਿਆ ਜਿਵੇਂ ਸਾਗਰ ਸਾਹਿਬ ਦਾ ਮਨ ਭਾਰਾ ਹੋ ਗਿਆ ਸੀ ਸਾਗਰ ਚਿੱਤਰਕਾਰ ਦੋ ਦਿਨ ਬਿਲਕੁਲ ਚੁੱਪ ਰਿਹਾ ਰਾਦਾ ਨਾਲ ਬੜਾ ਘੱਟ ਬੋਲੇ ਰਾਦਾ ਨੇ ਉਹਨਾਂ ਦੀਆਂ ਸੋਚਾਂ ਵਿੱਚੋਂ ਇਉਂ ਪੜਿਆ ਕਿ ਉਹ ਵੇਸਵਾਂ ਨੂੰ ਇਸਤਰੀ ਦਾ ਸਤਿਕਾਰ ਨਹੀਂ ਦੇ ਸਕੇ ਤਾਂ ਵੀ ਬਦਲੇ ਇਰਾਦੇ ਦੀ ਦਿਲ ਵਿੱਚ ਉੱਕੀ ਕੋਈ ਹਸਰਤ ਨਹੀਂ ਸੀ ਰਾਤ ਨੂੰ ਉਹਨੇ ਆਪਣੀ ਨੋਟ ਵਿੱਚ ਇਸ ਤਰ੍ਹਾਂ ਲਿਖਿਆ ਮੈਂ ਖੁਸ਼ ਹਾਂ ਕਿ ਚੰਗਿਆਂ ਦੀ ਦੁਨੀਆ 'ਚ ਰਹਿਣ ਦਾ ਹੱਕ ਮੈਂ ਗੁਆਇਆ ਨਹੀਂ ਸ਼ਮਸਾ ਹੋਣ ਦੀ ਮੈਨੂੰ ਕੋਈ ਸ਼ਰਮ ਨਹੀਂ ਜੇ ਸ਼ਮਸਾ ਨਾ ਹੁੰਦੀ ਤਾਂ ਇੱਕ ਅਨੋਖੇ ਸ਼ਹਿਜ਼ਾਦੇ ਦੀ ਸ਼ਬਨਮ ਕਿਵੇਂ ਬਣਦੀ ਦੂਜੇ ਦਿਨ ਸਾਗਰ ਦੇ ਰਵੱਈਏ ਤੋਂ ਰਾਧਾ ਦੇ ਦਿਲ 'ਚ ਕੋਈ ਸ਼ੰਕਾ ਬਾਕੀ ਨਾ ਰਹੀ ਉਹਨਾਂ ਅੱਜ ਚਾਹ ਵੀ ਕਿਸੇ ਹੋਰ ਨੌਕਰ ਕੋਲੋਂ ਮੰਗਵਾ ਲਈ ਸੀ ਅੱਗੇ ਚਾਹ ਹਮੇਸ਼ਾ ਰਾਧਾ ਦੇ ਹੱਥੋਂ ਹੀ ਪੀ ਕੇ ਖੁਸ਼ ਹੁੰਦੇ ਸੀ ਰਾਧਾ ਨੇ ਆਪਣੀ ਚੀਜ਼ ਵਸਤ ਸੰਭ ਲਈ ਮਨ ਪੱਕਾ ਕਰ ਲਿਆ ਕਿ ਜਦੋਂ ਸਾਗਰ ਸਾਹਿਬ ਨੇ ਫੈਸਲਾ ਸੁਣਾ ਦਿੱਤਾ ਤਾਂ ਸ਼ਿਕਾਇਤ ਦਾ ਇੱਕ ਲਫ਼ਜ਼ ਵੀ ਮੂੰਹ ਕੱਡੇ ਬਿਨਾ ਉਹਨਾਂ ਦੇ ਘਰੋਂ ਚਲੀ ਜਾਏਗੀ ਸ਼ਿਕਾਇਤ ਉਹਨੂੰ ਹੈ ਵੀ ਕੋਈ ਨਹੀਂ ਸੀ ਸਾਗਰ ਦੀ ਇਹ ਮੰਗ ਉਹਦੀਆਂ ਉਮੀਦਾਂ 'ਚ ਬਿਲਕੁਲ ਸ਼ਾਮਲ ਨਹੀਂ ਸੀ ਸਿਰਫ ਮੰਗੇ ਜਾਣ ਦਾ ਸਵਰਗ ਉਠੋ ਕੁਰਾਣਾ ਨਹੀਂ ਸੀ ਚਾਉਂਦੀ ਜਿਸ ਕਰਕੇ ਉਹਨੇ ਹਾਂ ਕਰ ਦਿੱਤੀ ਸੀ ਉਹ ਜਿਸ ਤਰ੍ਹਾਂ ਰਹਿ ਰਹੀ ਸੀ ਉਸੇ ਤਰ੍ਹਾਂ ਰਹਿੰਦੀ ਤੇ ਕਦੇ-ਕਦੇ ਆਪਣੀ ਨੋਟਬੁੱਕ 'ਚ ਆਪਣੇ ਫਰਿਸ਼ਤੇ ਨਾਲ ਗੱਲਾਂ ਕਰਕੇ ساری ਉਮਰ ਲੰਘਾ ਸਕਦੀ ਸੀ ਪਰ ਤੀਜੇ ਦਿਨ ਰਾਧਾ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਸਾਗਰ ਸਾਹਿਬ ਨੇ ਰਾਧਾ ਨੂੰ ਆਪਣੇ ਕਮਰੇ ਚ ਬੁਲਾਇਆ ਉਹਦੀ ਸਾਰੀ ਕਹਾਣੀ ਦਾ ਇੱਕ ਇੱਕ ਲਫ਼ਜ਼ ਬੜੇ ਗੌਰ ਨਾਲ ਸੁਣਿਆ ਤੇ ਜਦੋਂ ਉਹਨੇ ਦੱਸਿਆ ਕਿ ਪਿਛਲੇ 6 ਸਾਲ ਉਹ 4 ਰੁਪਇਆ ਮਹੀਨਾ ਹਰ ਪਹਿਲੀ ਤਰੀਕ ਨੂੰ ਉਸ ਸੇਠ ਨੂੰ ਦੇ ਆਉਂਦੀ ਰਹੀ ਜਿਹਦੇ ਕੋਲ ਨੇ ਉਹ 100 ਰੁਪਏ ਦਾ ਨੋਟ ਜਿਹੜਾ ਉਸ ਫਰਿਸ਼ਤੇ ਨੇ ਦਿੱਤਾ ਸੀ ਤੇ ਉਹ ਸ਼ੀਸ਼ਾ ਜੀ ਦੇ ਸਾਹਮਣੇ ਉਹਨੇ ਉਦੀ ਕਮਰ ਦੁਆਲੇ ਬਾਹ ਪਾਈ ਸੀ ਗਹਿਣੇ ਪਾਏ ਹੋਏ ਸਨ ਤਾਂ ਸਾਗਰ ਚਿਤਰ ਕਰਨੀ ਇੱਕ ਪਲ ਲਈ ਅੱਖਾਂ ਮੀਟ ਲਈਆਂ ਤੇ ਫਿਰ ਰਾਧਾ ਦਾ ਹੱਥ ਬੁੱਲਾ ਨਾਲ ਲਾ ਕੇ ਆਖਿਆ ਉਹ ਤੇਰਾ ਦਿਲ ਧੰਨਵਾਦ ਚਲਦਾ